I did BCA in graduation and MBA in post graduation. MBA ਦੇ ਬੇਸ ਤੇ ਤੁਹਾਨੂੰ ਕਮਰਸ ਮਿਲਦੀ ਹੁੰਦੀ ਹੈ. ਤੁਸੀਂ ਪੁੱਛ ਰਹੇ ਹੋ ਆਈ ਨੀਡ ਗਾਈਡੈਂਸ ਔਨ ਵਿਚ ਸਬਜੈਕਟ ਕੰਬੀਨੇਸ਼ਨ ਆ ਚੂਜ਼ ਕੰਪਿਊਟਰ ਮੈਥਸ. ਮੇਰੇ ਖਿਆਲ 'ਚ ਤੁਸੀਂ ਮੈਥ ਦੀ ਕੋਈ ਇੰਡੀਕੇਸ਼ਨ ਨਹੀਂ ਦਿੱਤੀ ਕਿ ਮੈਥ ਘੱਟੋ ਘੱਟ ਕਿਉਂਕਿ ਮੇਜਰ ਦੇ ਲਈ 3 ਸਾਲ ਪੜ੍ਹਿਆ ਹੋਣਾ ਚਾਹੀਦਾ ਹੈ ਤੁਹਾਡਾ, ਜੇ ਮਾਈਨਰ ਦੇ ਲਈ 1 ਈਅਰ ਪੜ੍ਹਿਆ ਹੋਣਾ ਚਾਹੀਦਾ ਹੈ. ਜੇ ਤੁਸੀਂ 1 ਸਾਲ ਮੈਥ ਪੜ੍ਹਿਆ ਹੈ ਫਿਰ ਤੁਹਾਨੂੰ ਮੈਥ ਮਿਲ ਜਾਏਗਾ, ਪਰ ਇਹ 1 ਸਾਲ ਮੈਥ ਜੇ ਪੜ੍ਹਿਆ ਹੈ ਉਸ ਤੋਂ ਬਾਅਦ ਤੁਹਾਨੂੰ BA ਦੇ ਮੈਥ ਦੇ 6 ਜਾਂ ਸ਼ਾਇਦ 9 ਪੇਪਰ ਹੁੰਦੇ ਨੇ, ਉਹ ਐਡੀਸ਼ਨਲ ਦੇਣੇ ਪੈਣਗੇ. ਉਹ ਦੇਣ ਤੋਂ ਬਾਅਦ ਤੁਸੀਂ ਐਲੀਜੀਬਲ ਹੋਵੋਗੇ ਮੈਥ ਦੀ ਪੋਸਟ ਲਈ, ਗਵਰਨਮੈਂਟ ਜੋਬ ਲਈ. ਕੰਪਿਊਟਰ ਲਈ ਤੁਸੀਂ ਡਾਇਰੈਕਟ ਐਲੀਜੀਬਲ ਹੋ. ਕੰਪਿਊਟਰ ਦਾ ਤੁਸੀਂ ਇਹਦੇ ਵਿੱਚ ਵੀ ਰੱਖਿਆ ਹੈ, ਕੰਪਿਊਟਰ ਨੂੰ ਨਹੀਂ ਛੱਡ ਸਕਦੇ, ਬਿਲਕੁਲ ਕੰਪਿਊਟਰ ਠੀਕ ਹੈ. ਹਾਂ, ਜੇ ਮੈਥ ਤੁਸੀਂ ਨਹੀਂ ਪੜ੍ਹਿਆ ਹੈ 1 ਸਾਲ ਜਾਂ 2 ਸਾਲ ਜਾਂ 3 ਸਾਲ, ਫਿਰ ਤੁਹਾਨੂੰ ਲੈਂਗੁਏਜ ਹੀ ਲੈਣੀ ਪਏਗੀ. ਲੈਂਗੁਏਜ ਜੇ ਤੁਹਾਡੀ ਜਨਰਲ ਨੈਚੁਰਲੀ ਜਨਰਲ ਪੰਜਾਬੀ ਜਾਂ ਜਨਰਲ ਇੰਗਲਿਸ਼ ਹੈ, ਹੈ ਨਾ, ਉਹਦੇ ਲਈ ਬਾਅਦ ਵਿੱਚ ਤੁਹਾਨੂੰ ਇਲੈਕਟਿਵ ਪੰਜਾਬੀ ਜਾਂ ਇਲੈਕਟਿਵ ਇੰਗਲਿਸ਼ ਜਿਹੜੀ ਤੁਸੀਂ ਇਹ ਚੂਜ਼ ਕਰੋਗੇ ਲੈਂਗੁਏਜ, ਹੈ ਨਾ, ਉਸ ਦਾ BA ਦਾ ਐਡੀਸ਼ਨਲ ਪੇਪਰ ਦੇਣਾ ਪਏਗਾ. ਜਿੱਦਾਂ ਇੱਥੇ ਮੈਥ ਦਾ ਦੱਸਿਆ ਸੀ ਇੱਦਾਂ ਹੀ BA ਦਾ ਦੇਣਾ ਪਏਗਾ ਜੇ ਇਹ ਚੂਜ਼ ਕਰਦੇ ਹਾਂ. ਜੇ ਪੰਜਾਬੀ ਚੂਜ਼ ਕਰਦੇ ਪੰਜਾਬੀ ਦੇ 6 ਪੇਪਰ ਦੇਣੇ ਪੈਣਗੇ, 21 ਮਹੀਨੇ 'ਚ ਹੋ ਜਾਂਦੇ ਨੇ. BEd ਦੇ ਨਾਲ ਨਾਲ ਵੀ ਹੋ ਸਕਦੇ ਨੇ ਜੇ ਤੁਸੀਂ ਉਸੇ ਯੂਨੀਵਰਸਿਟੀ 'ਚ ਪੜ੍ਹਦੇ ਹਾਂ. ਅਤੇ ਉਸ ਤੋਂ ਬਾਅਦ ਤੁਸੀਂ ਉਸ ਲੈਂਗੁਏਜ ਲਈ ਗਵਰਨਮੈਂਟ ਜੋਬ ਲਈ ਐਲੀਜੀਬਲ ਹੋ ਜਾਓਗੇ. ਥੈਂਕ ਯੂ ਡਾਕਟਰ ਤੀਰਥ ਸਿੰਘ. ਲਰਨ ਟੂ ਐਕਚੁਲਾਈਜ਼.